दोस्तों 2020 ਅਤੇ 21 ਲਈ ਡਾਕਟਰ ਭੀਮ ਰਾਓ ਅੰਬੇਦਕਰ ਸਕਾਲਰਸ਼ਿਪ ਜਿਹੜੀ ਅਨਾਊਂਸਮੈਂਟ ਹੋਈ ਹੈ ਅਤੇ ਇਸ ਸਕੀਮ ਦੇ ਤਹਿਤ ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਜਿਹੜੇ ਐਸਸੀ ਅਤੇ ਓਬੀਸੀ ਕੈਂਡੀਡੇਟ ਨੇ ਉਹਨਾਂ ਵਾਸਤੇ ਜਿਹੜੇ ਕਿ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ ਅਤੇ ਇਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਨਾਂ ਦਾ ਆਫੀਸ਼ੀਅਲ ਜਿਹੜਾ ਨੋਟੀਫਿਕੇਸ਼ਨ ਆ ਉਹ ਰੀਡ ਕਰਾ ਦਿੰਦਾ ਕਿ ਇਸ ਨੂੰ ਅਪਲਾਈ ਕਰਨ ਦੀ ਡੇਟ ਅਤੇ ਲਾਸਟ ਡੇਟ ਕਦੋਂ ਹੈ। ਉਸ ਤੋਂ ਪਹਿਲਾਂ ਦੋਸਤੋ ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਦੋਸਤੋ ਇਹ ਇਹਨਾਂ ਦਾ ਆਫੀਸ਼ੀਅਲ ਨੋਟੀਫਿਕੇਸ਼ਨ, ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਜਿਹੜਾ ਕਿ ਇਹ ਪੋਰਟਲ ਓਪਨ ਹੋਇਆ ਸੀ ਸਕੋਲਰਸ਼ਿਪ ਅਪਲਾਈ ਕਰਨ ਵਾਸਤੇ ਉਹ 26 ਨਵੰਬਰ ਸੀ ਅਤੇ ਜਿਹੜਾ ਕਿ ਲਾਸਟ ਡੇਟ ਇਸ ਨੂੰ ਅਪਲਾਈ ਕਰਨ ਦੀ ਉਹ 4 ਨਵੰਬਰ 2021 ਹੈ। ਟੋਟਲ ਜਿਹੜੇ 2 ਮੰਥ ਇਹਨਾਂ ਨੇ ਅਨਾਊਂਸਮੈਂਟ ਕੀਤੇ ਕਿ 2 ਮੰਥ ਦੇ ਅੰਦਰ ਅੰਦਰ ਕਿ ਤੁਸੀਂ ਇਹ ਸਕੋਲਰਸ਼ਿਪ ਵਾਸਤੇ ਅਪਲਾਈ ਕਰ ਸਕਦੇ ਹੋ ਅਤੇ ਜਿਹੜੇ ਮੇਰੇ ਵੀਰਾਂ ਨੂੰ ਸਕੋਲਰਸ਼ਿਪ ਦੀ ਜ਼ਰੂਰਤ ਆ ਉਹ ਜਲਦ ਤੋਂ ਜਲਦ ਇਹ ਜਿਹੜੇ ਸਕੋਲਰਸ਼ਿਪ ਵਾਸਤੇ ਅਪਲਾਈ ਕਰ ਦਿਓ ਤਾਂ ਕਿ ਇਹ ਆਉਣ ਵਾਲੀ ਡੇਟ ਇਸਦੀ ਕਲੋਜ਼ ਨਾ ਹੋ ਜਾਵੇ। ਓਕੇ ਦੋਸਤੋ, ਹੁਣ ਗੱਲ ਕਰਦੇ ਹਾਂ ਆਪਾਂ ਮੋਬਾਈਲ 'ਤੇ ਇਹ ਫੋਰਮ ਨੂੰ ਔਨਲਾਈਨ ਕਿਵੇਂ ਅਪਲਾਈ ਕਰ ਸਕਦੇ ਹੋ। ਜੋ ਜੋ ਪ੍ਰੋਸੈਸ ਮੈਂ ਤੁਹਾਨੂੰ PC 'ਤੇ ਕਰਕੇ ਦਿਖਾ ਰਿਹਾ ਉਹ ਸੇਮ ਪ੍ਰੋਸੈਸ ਤੁਸੀਂ ਆਪਣੇ ਮੋਬਾਈਲ 'ਤੇ ਕਰਨਾ ਹੈ ਅਤੇ ਤੁਸੀਂ ਵੀ ਘਰ ਬੈਠੇ ਆਸਾਨੀ ਨਾਲ ਜਿਹੜਾ ਇਹ ਸਕੋਲਰਸ਼ਿਪ ਵਾਸਤੇ ਅਪਲਾਈ ਕਰ ਲਓਗੇ। ਸਭ ਤੋਂ ਪਹਿਲਾਂ ਤੁਹਾਨੂੰ ਕਰਨਾ ਕੀ ਹੈ, ਇਸ ਵੈਬਸਾਈਟ ਉੱਪਰ ਆ ਜਾਣਾ ਹੈ ਅਤੇ ਇਸਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ, ਜਿੱਥੇ ਤੁਸੀਂ ਕਲਿੱਕ ਕਰੋਗੇ ਸਿੱਧਾ ਇਸ ਪੇਜ ਉੱਪਰ ਪਹੁੰਚ ਜਾਓਗੇ। ਹੁਣ ਆਪਾਂ ਕਰਨਾ ਕਿ ਨੀਚੇ ਆਪਾਂ ਸਟੂਡੈਂਟ ਕੋਰਨਰ ਆਪਾਂ ਚੈੱਕ ਕਰ ਸਕਦੇ ਹਾਂ ਅਤੇ ਇੱਥੇ ਆਪਾਂ ਜੇ ਤੁਸੀਂ ਪਹਿਲੀ ਵਾਰ ਇਹ ਸਕੋਲਰਸ਼ਿਪ ਵਾਸਤੇ ਅਪਲਾਈ ਕਰ ਰਹੇ ਹੋ ਤਾਂ ਆਪਾਂ ਸਟੂਡੈਂਟ ਰਜਿਸਟ੍ਰੇਸ਼ਨ 'ਤੇ ਕਲਿੱਕ ਕਰਾਂਗੇ। ਜੇ ਤੁਸੀਂ ਪਹਿਲਾਂ ਵੀ ਇਹ ਸਕੋਲਰਸ਼ਿਪ ਵਾਸਤੇ ਅਪਲਾਈ ਕੀਤਾ ਹੋਇਆ ਕਦੇ ਤਾਂ ਆਪਾਂ ਲੌਗਇਨ ਕਰਾਂਗੇ ਅਤੇ ਜਿਹੜਾ ਉਸ ਟਾਈਮ ਆਪਣਾ ਪਾਸਵਰਡ ਜਨਰੇਟ ਹੋਇਆ ਹੋਊਗਾ ID ਅਤੇ ਪਾਸਵਰਡ ਉਹੀ ਆਪਾਂ ਨੂੰ ਉੱਥੇ ਫਿਲ ਕਰਨੀ ਪਵੇਗੀ। ਆਪਾਂ ਸ਼ੁਰੂ ਤੋਂ ਸਟਾਰਟ ਕਰਦੇ ਹਾਂ ਅਤੇ ਸਟੂਡੈਂਟ ਰਜਿਸਟ੍ਰੇਸ਼ਨ 'ਤੇ ਆਪਾਂ ਕਲਿੱਕ ਕਰ ਲੈਂਦੇ ਹਾਂ ਅਤੇ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਆਪਾਂ ਨੂੰ ਦੇਖਣ ਨੂੰ ਮਿਲਦਾ। ਦੋਸਤੋ ਸਭ ਤੋਂ ਪਹਿਲਾਂ ਆਪਾਂ ਨੂੰ ਇੱਥੇ ਫਿਲ ਕੀ ਕਰਨਾ, ਆਪਾਂ ਕੋਟਾ ਸਿਲੈਕਟ ਕਰਨਾ ਅਤੇ ਆਪਾਂ ਇੱਥੇ ਨੋਨ ਮੈਨੇਜਮੈਂਟ ਕੋਟੇ 'ਤੇ ਕਲਿੱਕ ਕਰ ਲਾਂਗੇ। ਇਸ ਤੋਂ ਬਾਅਦ ਆਪਾਂ ਕਰਨਾ ਕਿ ਸਭ ਤੋਂ ਪਹਿਲਾਂ ਇੱਥੇ ਆਧਾਰ ਕਾਰਡ ਨੰਬਰ ਭਰ ਲਾਂਗੇ, ਆਪਣਾ ਫਸਟ ਨੇਮ ਇੱਥੇ ਇਸ ਤੋਂ ਬਾਅਦ, ਅਤੇ ਇਸ ਤੋਂ ਬਾਅਦ ਆਪਾਂ ਜੈਂਡਰ ਸਿਲੈਕਟ ਕਰ ਲਾਂਗੇ, ਮੇਲ ਫੀਮੇਲ ਜੋ ਵੀ ਆਪਣਾ, ਅਤੇ ਜਿਨ੍ਹਾਂ 'ਤੇ ਰੈੱਡ ਸਟਾਰ ਲੱਗਿਆ ਇੱਥੇ ਆਪਾਂ ਚੈੱਕ ਕਰ ਸਕਦੇ ਨੇਮ 'ਤੇ ਰੈੱਡ ਸਟਾਰ ਲੱਗਿਆ ਹੋਇਆ ਅਤੇ ਜੈਂਡਰ 'ਤੇ ਰੈੱਡ ਸਟਾਰ ਲੱਗਿਆ ਇਹ ਭਰਨੇ ਲਾਜ਼ਮੀ ਹੈ। ਆਧਾਰ ਵਰਚੁਅਲ ID 'ਤੇ ਨਹੀਂ ਲੱਗਿਆ ਤਾਂ ਆਪਾਂ ਨਾ ਭਰਾਂਗੇ ਤਾਂ ਫਿਰ ਵੀ ਚੱਲ ਜਾਵੇਗਾ। ਅਤੇ ਇਸ ਤੋਂ ਬਾਅਦ ਇੱਧਰ ਆਪਾਂ ਡੇਟ ਆਫ ਬਰਥ 'ਤੇ ਚੈੱਕ ਕਰ ਸਕਦੇ ਹਾਂ, ਇੱਥੇ ਆਪਾਂ ਡੇਟ ਆਫ ਬਰਥ ਫਿਲ ਕਰ ਲਾਂਗੇ ਅਤੇ ਇਹ ਸਾਰੀ ਡਿਟੇਲ ਭਰਨ ਤੋਂ ਬਾਅਦ ਐਗਰੀ ਐਂਡ ਪ੍ਰੋਸੀਡ 'ਤੇ ਆਪਾਂ ਕਲਿੱਕ ਕਰਾਂਗੇ। ਇਸ ਤੋਂ ਬਾਅਦ ਨੀਚੇ ਆਪਾਂ ਨੂੰ ਥੋੜ੍ਹੀ ਜਿਹੀ ਹੋਰ ਇਨਫੋਰਮੇਸ਼ਨ ਆਪਣੀ ਫਿਲ ਕਰਨੀ। ਸਭ ਤੋਂ ਪਹਿਲਾਂ ਆਪਾਂ ਇੱਥੇ ਫਾਦਰ ਨੇਮ ਭਰ ਲਾਂਗੇ, ਆਪਣੀ ਕੈਟਗਰੀ ਸਿਲੈਕਟ ਕਰ ਲਾਂਗੇ SC ਜਾਂ OBC, ਆਪਣਾ ਮੋਬਾਈਲ ਨੰਬਰ ਇੱਥੇ ਫਿਲ ਕਰਾਂਗੇ, ਮਦਰ ਨੇਮ ਅਤੇ ਡੀ ਨੋਟੀਫਾਈਡ 'ਤੇ ਆਪਾਂ ਨੋ 'ਤੇ ਕਲਿੱਕ ਕਰ ਲਾਂਗੇ ਅਤੇ ਈਮੇਲ ਐਡਰੈਸ ਇੱਥੇ ਫਿਲ ਕਰ ਲਾਂਗੇ। ਇਸ ਤੋਂ ਬਾਅਦ ਆਪਾਂ ਨੂੰ ਇੱਥੇ ਆਪਣਾ ਐਡਰੈਸ ਫਿਲ ਕਰਨਾ ਪਵੇਗਾ, ਸਟੇਟ ਦਾ ਨੇਮ ਭਰ ਲਾਂਗੇ, ਐਡਰੈਸ ਆਪਣਾ, ਡਿਸਟ੍ਰਿਕਟ ਨੇਮ, ਪਿੰਨ ਕੋਡ ਆਪਣਾ। ਇਸ ਤੋਂ ਇਲਾਵਾ ਜਿਹੜਾ ਆਪਾਂ ਇੱਥੇ ਸੇਮ 'ਤੇ ਕਲਿੱਕ ਕਰਕੇ ਜਿਹੜਾ ਇੱਧਰ ਆਪਾਂ ਫਸਟ ਕੋਲਮ 'ਚ ਭਰਿਆ ਉਹ ਸੇਮ ਇੱਧਰ ਕਾਪੀ ਹੋ ਕੇ ਆਪਣੇ ਆਪ ਫਿਲ ਹੋ ਜਾਵੇਗਾ। ਇਸ ਤੋਂ ਬਾਅਦ ਸੇਮ ਕੈਪਚਾ ਜੋ ਵੀ ਇੱਥੇ ਬਲੈਕ ਅੱਖਰਾਂ ਵਿੱਚ ਲਿਖਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ, ZNUDG7G, ਸੇਮ ਕੈਪਚਾ ਫਿਲ ਕਰਕੇ ਆਪਾਂ ਸੇਵ ਐਂਡ ਅਬਵ ਡਿਟੇਲ ਰਜਿਸਟਰ ਟੂ ਮੀ 'ਤੇ ਆਪਾਂ ਕਲਿੱਕ ਕਰ ਦਾਂਗੇ। ਇਸ ਤੋਂ ਬਾਅਦ ਹੋਵੇਗਾ ਕਿ ਤੁਹਾਡੇ ਮੋਬਾਈਲ 'ਤੇ ਇੱਕ ID ਅਤੇ ਇੱਕ ਪਾਸਵਰਡ ਜਨਰੇਟ ਹੋ ਜਾਵੇਗਾ ਅਤੇ ਤੁਹਾਡੇ ਕੋਲ ਇੱਕ ਮੈਸੇਜ ਆਵੇਗਾ ਅਤੇ ਤੁਹਾਡੀ ਈਮੇਲ 'ਤੇ ਵੀ ਇਹ ਮੈਸੇਜ ਆਵੇਗਾ ਜੋ ਆਪਾਂ ਨੂੰ ਯਾਦ ਰੱਖਣਾ ਹੈ। ID ਜਨਰੇਟ ਹੋਣ ਤੋਂ ਬਾਅਦ ਕਰਨਾ ਕਿ ਆਪਾਂ ਫਿਰ ਦੁਬਾਰੇ ਉਸ ਪੇਜ 'ਤੇ ਜਾਵਾਂਗੇ, ਇੱਥੇ ਹੋਮ 'ਤੇ ਕਲਿੱਕ ਕਰ ਲਾਂਗੇ ਆਪਾਂ ਸਭ ਤੋਂ ਪਹਿਲਾਂ, ਇਸ ਤੋਂ ਬਾਅਦ ਸਟੂਡੈਂਟ ਕੋਰਨਰ ਵਿੱਚ ਜਾ ਕੇ ਆਪਾਂ ਲੌਗਇਨ 'ਤੇ ਕਲਿੱਕ ਕਰ ਲਾਂਗੇ। ਹੁਣ ਜੋ ਵੀ ਆਪਣੇ ਕੋਲ ਮੈਸੇਜ ਆਇਆ ਹੈ ਯੂਜ਼ਰ ਨੇਮ ਅਤੇ ਪਾਸਵਰਡ, ਇੱਥੇ ਉਹ ਆਪਾਂ ਫਿਲ ਕਰ ਲਾਂਗੇ, ਯੂਜ਼ਰ ਨੇਮ ਅਤੇ ਨੀਚੇ ਪਾਸਵਰਡ ਅਤੇ ਸੇਮ ਕੈਪਚਾ ਜੋ ਵੀ ਇਸ ਬਾਕਸ ਵਿੱਚ ਲਿਖਿਆ ਇੱਥੇ ਫਿਲ ਕਰਕੇ ਲੌਗਇਨ 'ਤੇ ਕਲਿੱਕ ਕਰ ਲਾਂਗੇ। ਦੋਸਤੋ ਲੌਗਇਨ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਓਪਨ ਹੋ ਜਾਂਦਾ। ਹੁਣ ਆਪਾਂ ਲੈਫਟ ਸਾਈਡ 'ਤੇ ਆਪਾਂ ਬਲੂ ਬਾਕਸ ਵਿੱਚ ਚੈੱਕ ਕਰ ਸਕਦੇ ਹਾਂ ਅਪਲਾਈ ਆਨਲਾਈਨ ਦਾ ਆਪਸ਼ਨ ਆਪਾਂ ਨੂੰ ਮਿਲ ਜਾਂਦਾ ਅਤੇ ਆਪਾਂ ਇਸ 'ਤੇ ਕਲਿੱਕ ਕਰ ਲਾਂਗੇ ਤਾਂ ਇਸ ਤਰ੍ਹਾਂ ਦਾ ਫੋਰਮ ਜਿਹੜਾ ਆਪਣੇ ਸਾਹਮਣੇ ਓਪਨ ਹੋ ਜਾਏਗਾ। ਦੋਸਤੋ ਨੋਰਮਲੀ ਆਪਣੀ ਡਿਟੇਲ ਅਤੇ ਆਪਣੇ ਸਕੂਲ ਦੀ ਡਿਟੇਲ ਇਸ ਫੋਰਮ ਵਿੱਚ ਭਰਨੀ ਹੁੰਦੀ ਆ। ਆਈ ਨੋ ਜੇ ਤੁਸੀਂ ਚੰਗੀ ਤਰ੍ਹਾਂ ਰੀਡ ਕਰੋਗੇ ਤਾਂ ਆਪਣੇ ਆਪ ਇਹ ਫੋਰਮ ਨੂੰ ਭਰ ਸਕਦੇ ਹੋ, ਬਟ ਜੇ ਤੁਸੀਂ ਫਿਰ ਵੀ ਚਾਹੁੰਦੇ ਹੋ ਕਿ ਮੈਂ ਇਸ ਫੋਰਮ ਨੂੰ ਪੂਰਾ ਫਿਲ ਕਰਕੇ ਦਿਖਾਵਾਂ ਤਾਂ ਦੋਸਤੋ ਉਹ ਮੈਂ ਨੈਕਸਟ ਵੀਡੀਓ ਵਿੱਚ ਤੁਹਾਨੂੰ ਫਿਲ ਕਰਕੇ ਦਿਖਾਵਾਂ, ਕਿਉਂਕਿ ਜੇ ਮੈਂ ਹੁਣ ਇਸ ਟਾਈਮ ਇਹ ਇਸ ਵੀਡੀਓ ਵਿੱਚ ਹੀ ਫੋਰਮ ਨੂੰ ਫਿਲ ਕਰਦਾ ਤਾਂ ਵੀਡੀਓ ਬਹੁਤ ਲੰਬੀ ਹੋ ਜਾਵੇਗੀ ਅਤੇ ਦੇਖਣ ਵਿੱਚ ਤੁਹਾਨੂੰ ਵੀ ਬੋਰਿੰਗ ਲੱਗੇਗੀ ਅਤੇ ਮੈਨੂੰ ਵੀ ਇਸ ਦਾ ਕੋਈ ਪ੍ਰੋਫਿਟ ਨਹੀਂ ਹੁੰਦਾ ਜਦੋਂ ਸਕਿਪ ਕਰਦੇ ਹੋ ਤੁਸੀਂ ਵੀਡੀਓ ਨੂੰ। ਤਾਂ ਕਰਕੇ ਦੋਸਤੋ ਰਿਕੁਐਸਟ ਆ, ਜੇ ਅੱਗੇ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰੋ, ਜੇ ਨਹੀਂ ਕੀਤਾ ਤਾਂ, ਅਤੇ ਇਸ ਦਾ ਨੈਕਸਟ ਪਾਰਟ ਆ ਮੈਂ ਰਾਤ ਨੂੰ ਜਿਹੜਾ ਕਿ 7-8 ਵਜੇ ਤੱਕ ਅਪਲੋਡ ਕਰ ਦਿਆਂਗਾ। ਜੇ ਤੁਸੀਂ ਇੰਟਰਸਟਡ ਹੋ ਨੈਕਸਟ ਪਾਰਟ ਦੇਖਣ ਵਿੱਚ ਤਾਂ ਕਮੈਂਟ ਵਿੱਚ ਦੱਸ ਦਿਓ। ਕਿਉਂਕਿ ਦੋਸਤੋ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।